हालेलुया, खुदा दी प्रेजेंस दे विच तुहाडा सारिआं दा स्वागत है। प्रभु तुहाडे नाल है, प्रभु दी हजूरी तुहाडे नाल है। मेरियां प्रार्थनावां, परमेश्वर दे दासां दीआं प्रार्थनावां और जिन्ने भी विश्वासी आ उन्हां दीआं प्रार्थनावां हर एक दे नाल है। और असीं वचन दे विच जावांगे, वचन दे विच असीं मत्ती दी अंजील 26 अध्याय उसदे 41 वचन नूं देखांगे। जदों परमेश्वर पतरस दे नाल गल कर रहे, उस जगह ते लिखे है पतरस और कुछ चेले सो रहे से और परमेश्वर ने कहा जागो, प्रार्थना विच जाओ कि तुसी परतावे विच ना पै जाओ, कि तुहाडी परीक्षा तुहाडे ते जीतू ना हो जावे। पर जदों असीं कलाम दे विच पढ़दे हां, जिन्नी वारी भी यीशु मसीह उहनां दे कोल आया ਸੁੱਤੇ ਪਏ ਸੀ, ਔਰ ਜਦੋਂ ਸੁੱਤੇ ਪਏ ਸੀ ਸੁਬਾਹ ਪ੍ਰੀਖਿਆ ਦਾ ਟਾਈਮ ਆਇਆ ਤੇ ਪਤਰਸ ਪ੍ਰੀਖਿਆ ਦੇ ਵਿੱਚੋਂ ਫੇਲ ਹੋ ਗਿਆ। ਯਾਨੀ ਕਿ ਉਹ ਪ੍ਰੀਖਿਆ ਜਿਹੜੀ ਸੀ ਉਹਦੇ ਤੇ ਜੇਤੂ ਹੋ ਗਈ। ਅੱਜ ਅਗਰ ਸਾਡੇ ਤੇ ਪ੍ਰੀਖਿਆ ਵੱਧ ਰਹੀ ਆ ਜਾਂ ਪ੍ਰੀਖਿਆ ਦੇ ਵਿੱਚ ਅਸੀਂ ਜਾ ਰਹੇ ਹਾਂ ਜਾਂ ਅਸੀਂ ਫਸ ਰਹੇ ਹਾਂ ਤਾਂ ਇੱਕੋ ਕਾਰਨ ਹੈ ਕਿ ਅਸੀਂ ਪ੍ਰਾਰਥਨਾਵਾਂ ਨੂੰ ਛੱਡ ਕੇ ਪਰਮੇਸ਼ਰ ਦੀ ਹਜ਼ੂਰੀ ਨੂੰ ਛੱਡ ਕੇ ਅਸੀਂ ਮੋਬਾਈਲਾਂ ਦੇ ਵਿੱਚ ਲੱਗੇ ਹੋਏ ਹਾਂ, ਅਸੀਂ ਨਿਊਜ਼ ਦੇ ਵਿੱਚ ਲੱਗੇ ਹੋਏ ਹਾਂ, ਅਸੀਂ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਸੁਣ ਰਹੇ ਹਾਂ। ਉਹੀ ਖਬਰਾਂ ਜਿਹੜੀਆਂ ਸਾਡੇ ਫੇਥ ਨੂੰ, ਜਿਹੜੀਆਂ ਸਾਡੇ ਵਿਸ਼ਵਾਸ ਨੂੰ ਘੱਟ ਕਰ ਰਹੀਆਂ ਨੇ। ਪਰ ਪਰਮੇਸ਼ਰ ਨੇ ਕਿਹਾ ਜਾਗੋ ਔਰ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪੈ ਜਾਇਓ, ਕਿ ਤੁਸੀਂ ਪ੍ਰੀਖਿਆ ਵਿੱਚ ਨਾ ਪੈ ਜਾਇਓ। ਅੱਜ ਅਗਰ ਇੱਕ ਵਿਸ਼ਵਾਸੀ ਦੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਦੀ ਪ੍ਰਾਰਥਨਾ ਹੈ, ਇੱਕ ਵਿਸ਼ਵਾਸੀ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਦਾ ਵਚਨ ਹੈ, ਇੱਕ ਵਿਸ਼ਵਾਸੀ ਦੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਦੀ ਪ੍ਰਾਰਥਨਾ ਹੈ, ਔਰ ਉਹ ਪਰਮੇਸ਼ਰ ਦੇ ਅੱਗੇ ਜਾ ਰਿਹਾ ਆਪਣੇ ਪਰਿਵਾਰ ਸਮੇਤ, ਆਪਣੇ ਪਰਿਵਾਰ ਨੂੰ, ਆਪਣੇ ਘਰਾਣੇ ਨੂੰ ਪਰਮੇਸ਼ਰ ਦੇ ਅੱਗੇ ਲੈ ਕੇ ਜਾ ਰਿਹਾ ਹੈ, ਤੇ ਜਿਹੜੀਆਂ ਪ੍ਰੀਖਿਆਵਾਂ ਇਸ ਸੰਸਾਰ ਦੇ ਵਿੱਚ ਚੱਲ ਰਹੀਆਂ ਨੇ, ਜਿਹੜੀਆਂ ਬਿਮਾਰੀਆਂ ਇਸ ਸੰਸਾਰ ਦੇ ਵਿੱਚ ਚੱਲ ਰਹੀਆਂ ਨੇ, ਉਸ ਬੰਦੇ ਦੇ ਉੱਤੇ ਨਹੀਂ ਆਣਗੀਆਂ ਜਿਹੜਾ ਲਗਾਤਾਰ ਪ੍ਰਾਰਥਨਾ ਦੇ ਵਿੱਚ ਬੈਠਾ ਹੋਇਆ ਹੈ, ਲਗਾਤਾਰ ਪਰਮੇਸ਼ਰ ਦੇ ਵਚਨਾਂ ਨੂੰ ਸੁਣ ਰਿਹਾ ਹੈ, ਵਚਨਾਂ ਤੇ ਧਿਆਨ ਕਰ ਰਿਹਾ ਹੈ, ਪ੍ਰਾਰਥਨਾ ਕਰ ਰਿਹਾ ਹੈ ਔਰ ਆਪਣੇ ਪਰਿਵਾਰ ਨੂੰ ਪਰਮੇਸ਼ਰ ਦੇ ਲਹੂ ਦੇ ਵਿੱਚ ਕਵਰ ਕਰ ਰਿਹਾ ਹੈ। ਅੱਜ ਮੇਰੀ ਇਹੀ ਪ੍ਰਾਰਥਨਾ ਹੈ ਕਿ ਪਰਮੇਸ਼ਰ ਦੇ ਬਲੱਡ ਦੇ ਵਿੱਚ ਕਵਰ ਹੋ ਜਾਓ, ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਔਰ ਵੀ ਤੁਸੀਂ ਗਹਿਰਾਈ ਤੋਂ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬੈਠ ਸਕੋ। ਇਹ ਅੱਜ ਸਾਨੂੰ ਮੌਕਾ ਮਿਲਿਆ ਹੈ ਕਿ ਅਸੀਂ ਟਾਈਮ ਪਰਮੇਸ਼ਰ ਨੇ ਸਾਨੂੰ ਕਿੰਨਾ ਦੇ ਦਿੱਤਾ ਹੈ ਕਿ ਤੁਸੀਂ ਮੇਰੀ ਹਜ਼ੂਰੀ ਦੇ ਵਿੱਚ ਵੱਧ ਤੋਂ ਵੱਧ ਟਾਈਮ ਬਿਤਾ ਸਕੋ, ਵੱਧ ਤੋਂ ਵੱਧ ਟਾਈਮ ਪਰਮੇਸ਼ਰ ਦੇ ਨਾਲ ਬਿਤਾ ਸਕੋ। ਪਰਮੇਸ਼ਰ ਨੇ ਸਾਨੂੰ ਇੱਕ ਟਾਈਮ ਦਿੱਤਾ ਹੈ, ਅੱਜ ਅਸੀਂ ਅਗਰ ਘਰਾਂ ਦੇ ਵਿੱਚ ਹਾਂ, ਅਗਰ ਪਾਬੰਦੀ ਲੱਗਣ ਕਰਕੇ ਅੱਜ ਅਸੀਂ ਘਰਾਂ ਦੇ ਵਿੱਚ ਬੈਠੇ ਹੋਏ ਹਾਂ, ਕੰਮ ਦੇ ਉੱਤੇ ਨਹੀਂ ਜਾ ਪਾ ਰਹੇ, ਤਾਂ ਪਰਮੇਸ਼ਰ ਦਾ ਧੰਨਵਾਦ ਕਰੋ ਕਿ ਪਰਮੇਸ਼ਰ ਨੇ ਤੁਹਾਨੂੰ ਟਾਈਮ ਦਿੱਤਾ ਤੁਹਾਡੀ ਫੈਮਿਲੀ ਦੇ ਨਾਲ ਬੈਠਣ ਲਈ, ਤੁਹਾਡੇ ਫੈਮਿਲੀ ਨੂੰ ਇਕੱਠਾ ਕਰਨ ਦੇ ਲਈ, ਤਾਂ ਕਿ ਤੁਸੀਂ ਇਕੱਠੇ ਹੋ ਕੇ ਆਪਣੇ ਘਰਾਣੇ ਦੇ ਲਈ, ਆਪਣੇ ਬੱਚਿਆਂ ਲਈ, ਆਪਣੇ ਹਰ ਇੱਕ ਮੈਂਬਰ ਦੇ ਲਈ ਪ੍ਰਾਰਥਨਾ ਕਰ ਸਕੋ, ਤਾਂ ਕਿ ਜਿਹੜੀ ਪ੍ਰੀਖਿਆ ਅੱਜ ਜਿਹੜੀ ਚੱਲ ਰਹੀ ਆ ਉਹ ਤੁਹਾਡੇ ਘਰਾਣੇ ਨੂੰ ਟੱਚ ਨਾ ਕਰ ਪਾਏ, ਤੁਹਾਡੀ ਫੈਮਿਲੀ ਨੂੰ ਟੱਚ ਨਾ ਕਰ ਪਾਏ। ਅੱਜ ਅਗਰ ਕੋਈ ਪ੍ਰੀਖਿਆ ਦੇ ਵਿੱਚ ਹੈ, ਅੱਜ ਅਗਰ ਉਹ ਬਿਮਾਰੀ ਦੇ ਵਿੱਚ ਜਾ ਰਿਹਾ ਤੇ ਉਹਦਾ ਡਰ ਉਹਨੂੰ ਲੈ ਕੇ ਜਾ ਰਿਹਾ ਹੈ, ਉਹਦੀ ਪ੍ਰਾਰਥਨਾ ਨਾ ਹੋਣ ਕਾਰਨ ਉਹ ਡਿੱਗ ਰਿਹਾ ਹੈ, ਉਹਦੀ ਪ੍ਰਾਰਥਨਾ ਨਾ ਹੋਣ ਕਾਰਨ, ਵਚਨ ਜ਼ਿੰਦਗੀ ਦੇ ਵਿੱਚ ਨਾ ਹੋਣ ਕਾਰਨ, ਕਿਉਂਕਿ ਵਚਨ ਦਲੇਰੀ ਦਿੰਦਾ ਹੈ, ਵਚਨ ਸਾਨੂੰ ਤਸੱਲੀ ਦਿੰਦਾ ਹੈ, ਵਚਨ ਹੀ ਹੈ ਜਿਹੜਾ ਸਾਨੂੰ ਖੜਾ ਰੱਖਦਾ ਹੈ। ਹਾਲੇਲੂਇਆ, ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਅੰਤਿਮ ਦਿਨਾਂ ਦੇ ਵਿੱਚ ਬਹੁਤ ਸਾਰੇ ਵਿਸ਼ਵਾਸੀ ਆਪਣੇ ਵਿਸ਼ਵਾਸ ਤੋਂ ਡਿੱਗ ਜਾਣਗੇ। ਅਗਰ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਸੁਣ ਰਹੇ ਹਾਂ, ਨਿਊਜ਼ ਸੁਣ ਰਹੇ ਹਾਂ, ਜਿਹੜਾ ਬੰਦਾ ਸਾਨੂੰ ਦੱਸ ਰਿਹਾ ਹੈ ਉਹ ਵਚਨ ਨਹੀਂ ਕਰ ਰਿਹਾ, ਸਿਰਫ ਸਾਨੂੰ ਦੱਸ ਰਿਹਾ ਹੈ, ਤੇ ਇਹ ਜੋ ਸਾਡੇ ਇੰਡੀਆ ਵਿੱਚ ਪੂਰੇ ਦੇਸ਼ ਦੇ ਵਿੱਚ ਬਿਮਾਰੀ ਫੈਲੀ ਉਹਦੀਆਂ ਨਿਊਜ਼ਾਂ ਸਾਡੇ ਤੱਕ ਆ ਰਹੀਆਂ, ਤਾਂ ਕਿ ਸਾਡਾ ਬ੍ਰੇਨ ਜਿਹੜਾ ਹੈ
ਹਾਲੇਲੂਇਆ ਸਾਡਾ ਦਿਮਾਗ ਜਿਹੜਾ ਹੈ ਉਸ ਨਿਊਜ਼ਾਂ ਦੇ ਨਾਲ ਭਰਿਆ ਹੋਇਆ ਹੈ। ਬਾਈਬਲ ਜਦੋਂ ਅਸੀਂ ਖੋਲਦੇ ਹਾਂ ਇੰਨੇ ਵਚਨ ਹੈ ਜਿਹੜੇ ਸਾਨੂੰ ਇਹ ਟਾਈਮ ਤਸੱਲੀ ਦੇ ਸਕਦੇ ਆ, ਇਹ ਟਾਈਮ ਸਾਨੂੰ ਹੌਸਲਾ ਦੇ ਸਕਦੇ। ਹਾਲੇਲੂਇਆ ਜਾਗੋ, ਪ੍ਰਾਰਥਨਾ ਕਰੋ, ਆਪਣੇ ਪਰਿਵਾਰ ਨੂੰ ਬਿਠਾਓ ਤਾਂ ਕਿ ਤੁਸੀਂ ਪ੍ਰੀਖਿਆ ਦੇ ਵਿੱਚ ਨਾ ਫਸ ਜਾਓ, ਤੁਸੀਂ ਬਿਮਾਰੀ ਦੇ ਵਿੱਚ ਨਾ ਫਸ ਜਾਓ। ਅਗਰ ਨਹੀਂ ਵੀ ਪ੍ਰੇਅਰ ਕੀਤੀ ਅੱਜ ਗੁੱਟਨੇ ਲਗਾਓ ਪਰਮੇਸ਼ਰ ਦੇ ਅੱਗੇ। ਅਗਰ ਕਦੀ ਵੀ ਪ੍ਰੇਅਰ ਨਹੀਂ ਕੀਤੀ, ਕਦੀ ਫਾਸਟਿੰਗ ਨਹੀਂ ਕੀਤੀ, ਅੱਜ ਫਾਸਟਿੰਗ ਕਰੋ, ਅੱਜ ਅੰਗੀਕਾਰ ਕਰੋ, ਆਪਣੇ ਜੀਵਨ ਨੂੰ ਬਦਲੋ, ਪਰਮੇਸ਼ਰ ਦੇ ਨਜ਼ਦੀਕ ਆਓ। ਪਰਮੇਸ਼ਰ ਇਸ ਬਵਾ ਨੂੰ ਤੁਹਾਡੇ ਤੱਕ ਪਹੁੰਚਣ ਨਹੀਂ ਦੇਵੇਗਾ, ਤੁਹਾਡੇ ਤੱਕ ਆਉਂਦਿਆਂ ਪਹਿਲੇ ਹੀ ਉਹ ਖਤਮ ਹੋ ਜਾਵੇਗੀ, ਕਿਉਂਕਿ ਤੁਹਾਡੇ ਵਿੱਚ ਉਹ ਸਾਮਰਥਾ ਹੋਏਗੀ, ਉਹ ਦਲੇਰੀ ਹੋਏਗੀ, ਉਹ ਨਿਡਰਤਾ ਹੋਏਗੀ, ਉਹ ਪਰਮੇਸ਼ਰ ਦਾ ਆਤਮਾ ਹੋਏਗਾ ਜਿਹੜਾ ਉਸ ਬਵਾ ਨੂੰ ਤੁਹਾਡੇ ਤੱਕ ਪਹੁੰਚਣ ਨਹੀਂ ਦੇਵੇਗਾ। ਉਸ ਰਕਸ਼ਾ ਕਵਚ ਹੋਏਗਾ, ਉਹ ਲਹੂ ਦੀ ਛਾਪ ਹੋਏਗੀ ਤੁਹਾਡੇ ਤੇ ਜਿਹੜੀ ਉਸ ਬਵਾ ਨੂੰ ਤੁਹਾਡੇ ਤੱਕ ਪਹੁੰਚਣ ਨਹੀਂ ਦੇਵੇਗੀ। ਅੱਜ ਲੋੜ ਹੈ ਤੇ ਸਿਰਫ ਪ੍ਰਾਰਥਨਾ ਕਰਨ ਦੀ ਔਰ ਪ੍ਰਾਰਥਨਾ ਦੇ ਵਿੱਚ ਬੈਠਣ ਦੀ। ਹਾਲੇਲੂਇਆ ਅੱਜ ਲੋੜ ਹੈ ਪਰਮੇਸ਼ਰ ਦੇ ਸਨਮੁਖ ਜਾਣ ਦੀ, ਅੱਜ ਲੋੜ ਹੈ ਪਰਮੇਸ਼ਰ ਦੇ ਨਾਲ ਸੰਬੰਧ ਜੋੜਨ ਦੀ। ਅਗਰ ਸਾਨੂੰ ਦਿਨ ਮਿਲੇ ਅਗਰ ਘਰ ਦੇ ਵਿੱਚ ਬਿਤਾਉਣ ਦੇ ਲਈ, ਘਰ ਦੇ ਵਿੱਚ ਬੈਠਣ ਦੇ ਲਈ, ਤਾਂ ਉਹ ਦਿਨਾਂ ਦਾ ਲਾਭ ਉਠਾਓ। ਪਰਮੇਸ਼ਰ ਦਾ ਵਚਨ ਦੱਸਦਾ ਹੈ ਹਰ ਸਮੇਂ ਦਾ ਤੁਸੀਂ ਲਾਭ ਉਠਾ ਲਓ। ਅੱਜ ਤੁਹਾਨੂੰ ਜ਼ਰੂਰਤ ਹੈ ਇਸ ਟਾਈਮ, ਇਸ ਸਮੇਂ ਦੀ ਲਾਭ ਉਠਾਉਣ ਦਾ, ਫਾਇਦਾ ਉਠਾਉਣ ਦਾ। ਉਹ ਫਾਇਦਾ ਕੀ ਹੈ? ਪ੍ਰਾਰਥਨਾ ਵਿੱਚ ਬੈਠਣ ਦਾ, ਫਾਸਟਿੰਗ ਕਰਨ ਦਾ, ਪਰਿਵਾਰ ਨੂੰ ਇੱਕ ਮਨ ਹੋ ਕੇ ਪ੍ਰਾਰਥਨਾ ਕਰਨ, ਇੱਕ ਫਾਇਦਾ ਉਠਾ ਲਓ ਇਸ ਸਮੇਂ ਦਾ। ਹਾਲੇਲੂਇਆ ਪਰਮੇਸ਼ਰ ਇਸ ਵਚਨ ਦੇ ਅਨੁਸਾਰ ਤੁਹਾਨੂੰ ਆਸ਼ੀਸ਼ ਦੇਵੇ। ਪਰਮੇਸ਼ਰ ਤੁਹਾਨੂੰ ਇਹ ਵਚਨ ਦੇ ਅਨੁਸਾਰ ਆਪਣੇ ਬਲੱਡ ਦੇ ਵਿੱਚ ਕਵਰ ਕਰ ਲਏ, ਔਰ ਹੋਰ ਲੋਕਾਂ ਦੇ ਲਈ ਵੀ ਪ੍ਰਾਰਥਨਾ ਕਰੋ ਕਿ ਉਹ ਵੀ ਬਚਾਏ ਜਾਣ, ਉਹ ਵੀ ਪਰਮੇਇਸ਼ਰ ਦੇ ਨਜ਼ਦੀਕ ਹਨ, ਔਰ ਪਰਮੇਇਸ਼ਰ ਦੇ ਲਹੂ ਦੀ ਛਾਪ, ਪਰਮੇਇਸ਼ਰ ਦੀ ਅਨੌਂਟਿੰਗ ਉਹਨਾਂ ਉੱਤੇ ਵੀ ਠਹਿਰੇ, ਉਹ ਵੀ ਉਧਾਰ ਦਾ ਹਿੱਸਾ ਬਣ ਸਕਣ, ਉਹ ਵੀ ਮਹਿਮਾ ਦਾ।